जिहड़ियां वीडियो उत्थे दिखाईयां गईयां, ये आख्या गया वेखो जी लोग बसां दे तक आ गए ने। जिहड़े प्रोटेस्ट करन वाले लोग सी उह ते बहुत दूर सन। हुण बड़ा स्पष्ट हो गया कि नैशनल मीडिया ने लका लका के पेश किया, उन्हां दीआं आवाज़ां भी बंद कर दित्तियां तां कि पता ना लगे कि उह बंदे असल विच भाजपा दे अपने सन। हुण तां आवाज़ सामने आ गई, उहदे विच उह नारे लाउंदे ने श्री नरेंद्र मोदी जिंदाबाद। जे जिंदाबाद का भुलेखा भी पैंदा होवे ते जिन्हां ने मुर्दाबाद कहनी होवे कदे श्री नहीं लाउंदे हुंदे। जिहड़े लोग भज्जे जांदे उहनां दे हत्थां च भाजपा दा झंडा, उह तां बंदे फिर इहनां दे अपने सी, ते जान नूं खतरा कित्थों हो गया ते जिंदा बच के आउण वाली गल कित्थों हो गई। बड़े हीरे बंदे सी भाई जैता जी, श्री गुरु तेग बहादुर जी का सीस लेके आए ते मक्खन शाल बाणा जिन्हां ने बाबा बकाला दी धरती ते श्री गुरु तेग बहादुर जी नूं लभिया सी ते गुरु लादोरे दा नारा लाया सी। जानदे तां आपां सारे ही आ, नाले आपां नूं होर किराए विच जाण दा मौका मिल जूगा। हाँ यार, नाले इस तों वधिया होर हो की सकदा है कि श्री गुरु तेग बहादुर जी दे 400 सालां गुरपुरब ते उहनां दे सेवकां ते अपनी खोज शुरू करीए। सही गल, वाकई यार ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਸਾਡੀ ਯੂਨੀਵਰਸਿਟੀ ਵਿੱਚ ਇਹ ਚੇਅਰ ਸਥਾਪਨ ਕਰਕੇ ਬੜਾ ਸੋਹਣਾ ਉਪਰਾਲਾ ਕੀਤਾ ਹੈ। ਹਾਂ ਬਈ, ਸਹੀ ਗੱਲ ਹੈ ਯਾਰ। ਆਪਾਂ ਅੱਜ ਭਾਈ ਜੈਤਾ ਜੀ, ਜਿਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਜੀ ਹੈ, ਮੱਖਣ ਸ਼ਾਹ ਲਵਾਣਾ ਜੀ ਦੀ ਅੱਜ ਚੇਅਰ ਦੀ ਸ਼ੁਰੂਆਤ ਕਰਨ ਦਾ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮਾਮਲੇ ਦੇ ਵਿੱਚ ਬਹੁਤ ਕੁਛ ਲੋਕਾਂ ਦੇ ਸਾਹਮਣੇ ਭੁਲੇਖਾ ਪਾਊ ਪੇਸ਼ ਕੀਤਾ ਗਿਆ, ਕੁਝ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਅਸਲ ਵਿੱਚ ਆਉਣੀਆਂ ਨਹੀਂ ਸਨ ਚਾਹੀਦੀਆਂ, ਬਣਾ ਕੇ ਘਾੜਤਾਂ ਘੜ ਕੇ ਪੇਸ਼ ਕੀਤੀਆਂ ਗਈਆਂ ਜੀ। ਪਹਿਲੀ ਗੱਲ, ਮੈਂ ਅੱਜ ਵੀ ਇਸ ਗੱਲ 'ਤੇ ਖੜਾ ਹਾਂ ਕਿ ਇਹੋ ਜਿਹਾ ਪ੍ਰੋਟੈਸਟ ਰਸਤੇ ਰੋਕਣ ਤੱਕ ਜਾਣ ਵਾਲਾ ਕਿਸੇ ਵੀ ਸੂਰਤ ਦੇ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਨਾ ਕੀਤਾ ਜਾਂਦਾ ਤਾਂ ਚੰਗਾ ਸੀ, ਬਲਕਿ ਉਹਨੂੰ ਰੈਲੀ ਕਰਨ ਦਿੰਦੇ। ਜਿੰਨੀ ਰੈਲੀ ਉਹ ਕਰਦਾ ਉਹਦੇ ਨਾਲੋਂ 5 ਗੁਣੀ ਵੱਡੀ ਨਹੀਂ 2 ਗੁਣੀ ਵੱਡੀ ਕਰਕੇ ਉਸੇ ਥਾਂ 'ਤੇ ਕਹਿੰਦੇ ਲੋਕਾਂ ਦੀ ਹਮਾਇਤ ਮੋਦੀ ਸਾਹਿਬ ਆ ਹੁੰਦੀ ਆ, ਉਹ ਮੌਕਾ ਇਹਨਾਂ ਨੇ ਗਵਾ ਲਿਆ। ਇਹਦੇ ਤੋਂ ਬਾਅਦ ਅਗਲੀ ਗੱਲ ਫਿਰ ਮੈਂ ਇਹ ਕਹਿਣੀ ਚਾਹੁੰਦਾ ਕਿ ਜੋ ਕੁਛ ਉੱਥੇ ਹੋਇਆ ਉਹਨੂੰ ਨੈਸ਼ਨਲ ਮੀਡੀਆ ਨੇ ਬਹੁਤ ਭੱਦੇ ਢੰਗ ਨਾਲ ਪੇਸ਼ ਕੀਤਾ, ਪਰ ਉਸਦੀ ਪੇਸ਼ਕਾਰੀ ਸ਼ੁਰੂਆਤ ਉਹਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ। ਪ੍ਰਧਾਨ ਮੰਤਰੀ ਸਾਹਿਬ ਨੇ ਬਠਿੰਡੇ ਦੇ ਵਿੱਚ ਜਾ ਕੇ ਇਹ ਗੱਲ ਕਹਿ ਦਿੱਤੀ ਕਿ ਆਪਣੇ ਮੁੱਖ ਮੰਤਰੀ ਨੂੰ ਮੇਰਾ ਧੰਨਵਾਦ ਪਹੁੰਚਾ ਦਿਓ ਕਿ ਮੈਂ ਜਿਉਂਦਾ ਬਠਿੰਡੇ ਤੱਕ ਮੁੜ ਆਇਆ। ਇਹੋ ਜਿਹੀ ਕੋਈ ਗੱਲ ਨਹੀਂ ਸੀ ਜਿਹਦੇ ਵਿੱਚੋਂ ਅਸੀਂ ਇਹ ਮਹਿਸੂਸ ਕਰੀਏ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਸੀ। ਜਿਹੜੀਆਂ ਵੀਡੀਓ ਉੱਥੇ ਦਿਖਾਈਆਂ ਗਈਆਂ, ਇਹ ਆਖਿਆ ਗਿਆ ਵੇਖੋ ਜੀ ਲੋਕ ਬੱਸਾਂ ਦੇ ਤੱਕ ਆ ਗਏ ਨੇ। ਜਿਹੜੇ ਪ੍ਰੋਟੈਸਟ ਕਰਨ ਵਾਲੇ ਲੋਕ ਸੀ ਉਹ ਤਾਂ ਬਹੁਤ ਦੂਰ ਸਨ, ਬੱਸਾਂ ਤੱਕ ਬੰਦੇ ਬਿਨਾਂ ਸ਼ੱਕ ਆਏ ਸਨ, ਪਰ ਉਹ ਕੌਣ ਆਏ ਸਨ? ਉਹ ਬੰਦੇ ਹੁਣ ਬੜਾ ਸਪਸ਼ਟ ਹੋ ਗਿਆ ਕਿ ਨੈਸ਼ਨਲ ਮੀਡੀਆ ਨੇ ਲਕਾ ਲਕਾ ਕੇ ਪੇਸ਼ ਕੀਤਾ, ਉਹਨਾਂ ਦੀਆਂ ਆਵਾਜ਼ਾਂ ਵੀ ਬੰਦ ਕਰ ਦਿੱਤੀਆਂ ਤਾਂ ਕਿ ਪਤਾ ਨਾ ਲੱਗੇ ਕਿ ਉਹ ਬੰਦੇ ਅਸਲ ਵਿੱਚ ਭਾਜਪਾ ਦੇ ਆਪਣੇ ਸਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤਲਵਾੜਾ ਆਉਂਦਾ, ਉਹਦੇ ਨਾਲ ਜੋੜ ਕੇ ਗੱਲ ਕਹੀ ਜਾ ਰਹੀ ਹੈ ਕਿ ਕੁਛ ਲੋਕ ਉੱਥੋਂ ਦੇ ਹੋ ਸਕਦੇ ਨੇ, ਕਿੱਥੋਂ ਕਿੱਥੋਂ ਦੇ ਆ, ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਇਹ ਸਾਰਾ ਕੰਮ ਪੜਤਾਲ ਦਾ, ਉਹਦੇ ਵਿੱਚ ਜਿਹੜੇ ਲੋਕ ਭੱਜੇ ਜਾਂਦੇ ਉਹਨਾਂ ਦੇ ਹੱਥਾਂ 'ਚ ਭਾਜਪਾ ਦਾ ਝੰਡਾ, ਜਿਹੜਾ ਬੰਦਾ ਉਹਨਾਂ ਦੀ ਅਗਵਾਈ ਕਰ ਰਿਹਾ ਉਹਦੀਆਂ ਦੇਸ਼ ਦੇ ਗ੍ਰਹਿ ਮੰਤਰੀ ਨਾਲ, ਦੇਸ਼ ਦੇ ਪਾਰਲੀਮੈਂਟ ਦੇ 3-4 ਭਾਜਪਾਈ ਮੈਂਬਰਾਂ ਨਾਲ, ਇੱਕ ਸਾਧਵੀ ਜਿਹੜੀ ਬਹੁਤ ਚਰਚਾ ਵਿੱਚ ਰਹਿੰਦੀ ਹੈ ਉਹਦਾ ਗੋਡਾ ਫੜ ਕੇ ਬੈਠਿਆਂ ਦੀਆਂ ਫੋਟੋ ਸਾਰੀਆਂ ਸੋਸ਼ਲ ਮੀਡੀਆ 'ਤੇ ਲੱਭ ਜਾਂਦੀਆਂ। ਉਹ ਬੰਦਾ ਇਹਨਾਂ ਦਾ ਸੀ, ਇਹ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਬੰਦਾ ਜੇ ਇੱਧਰੋਂ ਹੁਸ਼ਿਆਰਪੁਰ ਵੱਲੋਂ ਜਾਂਦਾ ਹੈ ਅਤੇ ਫਿਰੋਜ਼ਪੁਰ ਜਾਣ ਵਾਸਤੇ ਉਹਨੂੰ ਉਸ ਰਸਤੇ 'ਤੇ ਜਾਣ ਦੀ ਕੀ ਲੋੜ ਸੀ ਜਿਹੜਾ ਰਸਤਾ ਬਠਿੰਡੇ ਵੱਲੋਂ ਆਉਂਦਾ? ਉਸ ਰਸਤੇ 'ਤੇ ਜਾਣ ਦਾ ਉਹਦਾ ਮਤਲਬ ਹੀ ਕੋਈ ਨਹੀਂ, ਉਹ 100 ਕਿਲੋਮੀਟਰ ਦਾ ਵੜ ਪਾ ਕੇ ਉੱਧਰ ਨੂੰ ਕਿਉਂ ਗਿਆ? ਇਹ ਪਤਾ ਕਰਨਾ ਚਾਹੀਦਾ ਕਿ ਉਹਨੂੰ ਕਿੱਦਾਂ ਪਤਾ ਲੱਗਾ ਕਿ ਆ VIP ਕਾਫਲਾ ਜਿਹੜਾ ਆ ਰਿਹਾ ਇਹਦੇ ਵਿੱਚ ਪ੍ਰਧਾਨ ਮੰਤਰੀ ਆ ਰਿਹਾ। ਇਹ ਪਤਾ ਕੀਤਾ ਜਾਣਾ ਚਾਹੀਦਾ
कि वो जिहड़े नैशनल मीडिया ने उस वक्त आवाज़ बंद करके सारा कुछ विखाया, हुण तां आवाज़ सामने आ गई। उहदे विच उह नारे लाउंदे ने श्री नरेंद्र मोदी जिंदाबाद। जे जिंदाबाद का भुलेखा भी पैंदा होवे ते जिन्हां ने मुर्दाबाद कहनी होवे कदे श्री नहीं लाउंदे हुंदे, उहदे विच श्री नरेंद्र मोदी कह के नारे लगदे आ। जदों तीन चार नारे लग जाते तो वह बंदे भज भज के प्रधानमंत्री दीयां गड्डियां दे लागे चले जाते हैं। उदों थल्लों जिहड़ा बंदा एक रिकॉर्डिंग कर रहा उहदे लागे खड़ा एक नारा लाउंदा मुर्दाबाद। वह मुर्दाबाद वाले की आवाज़ उच्ची आ, जिहड़ी साफ दिसदा फ्लाईओवर के थल्लों आ। जिहड़े बंदे थोड़ी आवाज़ च बोलते प्रधानमंत्री के बिल्कुल लागे आ, वह तो बंदे फिर इन्हों के अपने से, तो जान को खतरा कितों हो गया, तो जिंदा बच के आने वाली गल कितों होगी। इस कहानी तो बाद जिस तरह सारा कुछ पेश किया गया, नैशनल मीडिया ने भी ये अपने आप दे विच एक बहुत वड्डा स्कैंडल आ। देश बनाम पंजाब बनाउण दा जतन किया गया जिहड़ा नहीं सी बनाना चाहिए। पंजाब एक नाजिक स्टेट है, सरहदी स्टेट है, सरहदी सूबा है। ये पहले बथेरे घल्लूघारियां चों निकल चुका है। हुण इस सूबे नूं देश दे बनाम उहदे बराबर ते उहदे मुकाबले दी धिर बना के जिद्दां पेश करन दा जतन किया जा रहा उस दिन तों किया गया, वह गलत सी। मैं समझदा कि इहदे पिछे जिहड़ी सियासत खेडी गई आ उह नहीं सी खेडी जाणी चाहीदी, नंबर एक। नंबर दो, ये गल स्पष्ट हो चुकी है कि जिन्हां ने सुरक्षा के प्रबंध करने होंदे प्रधानमंत्री राष्ट्रपति वास्ते SPG स्पैशल प्रोटैक्शन ग्रुप, उन्हां दी टीम 5 दिन पहला इत्थे आ गई सी ते सारे प्रबंध उन्होंने अपने हाथ ले ले सी, हर एक गल उन्हां दे कंट्रोल में सी। वो फिर प्रधानमंत्री दा जिहड़ा प्रबंध करन वाली सिक्योरिटी वेखण वाली SPG वो की करदी सी उहदे बारे अज तक किसी ने केंद्र तों यह नहीं आख्या कि उन्होंने भी कितने कमजोरी विखाई है। इंटैलीजेंस की कोई कमजोरी अज तक नहीं दसी गई। हाँ, एक गल हैगी है कि जिहड़ा एडिशनल DGP लॉ एंड आर्डर सी उन्हें आख्या सी कि 5 वख-वख रूट बनाओ, जे एक रूट से समस्या आए दूजे तो समस्या आए तीजा, आल्टरनेटिव रूट बनाए जाण। वह बनाए कि नहीं बनाए ये मसला एक वक्रा है। ये दौरान एक SSP का जिक्र आता कि उन्हें मुजहरा करने वालों दसिया सी कि प्रधानमंत्री ने इधर की लंघना, जे गल सच्ची होवे, मुजहरा करने वाले कहिंदे आ कि सानू उन्हें दसिया सी, जे गल सच्ची होवे तो इस गल की पुछ पड़ताल होनी चाहिए है।